ਅੱਜ ਐਲੀ ਮਾਗਟ ਦਾ 2 ਦਿਨਾਂ ਦਾ ਰਿਮਾਂਡ ਸਮਾਪਤ ਹੋ ਗਿਆ ਅਤੇ ਜਦੋਂ ਪੁਲਿਸ ਦੁਆਰਾ ਉਹਨਾਂ ਨੂੰ ਜ਼ਿਲ੍ਹਾ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਅਦਾਲਤ ਵੱਲੋਂ ਐਲੀ ਮਾਗਟ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਜੇਲ੍ਹ ਭੇਜ ਦਿੱਤਾ ਗਿਆ ਹੈ। ਇੱਥੇ ਦੱਸ ਦਈਏ ਕਿ 11 ਸਤੰਬਰ ਨੂੰ ਜਦੋਂ ਐਲੀ ਮਾਗਟ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਉਸ ਤੋਂ ਅਗਲੇ ਦਿਨ ਜਦੋਂ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਪੁਲਿਸ ਦਾ ਤਰਕ ਸੀ ਕਿ ਪੁਲਿਸ ਨੂੰ ਸ਼ੱਕ ਹੈ ਕਿ ਐਲੀ ਮਾਗਟ ਦੇ ਸੰਬੰਧ ਪੰਜਾਬ ਦੇ ਵੱਡੇ ਗੈਂਗਸਟਰਾਂ ਨਾਲ ਹੋ ਸਕਦੇ ਅਤੇ ਨਾਲ ਹੀ ਪੁਲਿਸ ਦਾ ਕਹਿਣਾ ਸੀ ਕਿ ਜਿਸ ਜਗ੍ਹਾ ਤੋਂ ਐਲੀ ਮਾਗਟ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਉੱਥੇ ਫਾਇਰਿੰਗ ਵੀ ਹੋਈ ਹੈ, ਜਿਸ ਕਰਕੇ ਐਲੀ ਮਾਗਟ ਤੋਂ ਹਥਿਆਰਾਂ ਦੀ ਰਿਕਵਰੀ ਅਤੇ ਗੈਂਗਸਟਰਾਂ ਦੇ ਸੰਬੰਧ ਦੇ ਵਿੱਚ ਪੁੱਛਗਿੱਛ ਦੇ ਲਈ ਪੁਲਿਸ ਰਿਮਾਂਡ ਮੰਗਿਆ ਗਿਆ ਸੀ ਅਤੇ ਅਦਾਲਤ ਨੇ ਉਸ ਸਮੇਂ ਐਲੀ ਮਾਗਟ ਨੂੰ 2 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਸੀ ਅਤੇ ਅੱਜ ਜਦੋਂ ਪੁਲਿਸ ਰਿਮਾਂਡ ਖਤਮ ਹੋਇਆ ਤਾਂ ਅਦਾਲਤ ਨੇ ਐਲੀ ਮਾਗਟ ਨੂੰ 14 ਦਿਨਾਂ ਦੇ ਲਈ ਜੇਲ੍ਹ ਭੇਜ ਦਿੱਤਾ। ਇੱਥੇ 2 ਦਿਨਾਂ ਦੇ ਪੁਲਿਸ ਰਿਮਾਂਡ ਦੇ ਦੌਰਾਨ ਪੁਲਿਸ ਨੇ ਐਲੀ ਮਾਗਟ ਤੋਂ ਕੀ ਪੁੱਛਗਿੱਛ ਕੀਤੀ ਹੈ ਅਤੇ ਕੀ ਖੁਲਾਸੇ ਸਾਹਮਣੇ ਆਏ ਹਨ ਇਸ ਬਾਰੇ ਤਾਂ ਹਾਲੇ ਕੁਝ ਨਹੀਂ ਪਤਾ ਲੱਗ ਸਕਿਆ, ਪਰ ਇੱਕ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ 2 ਦਿਨਾਂ ਦੇ ਦੌਰਾਨ ਐਲੀ ਮਾਗਟ ਨੂੰ ਰਾਤ ਨੂੰ ਸੌਣ ਦੇ ਲਈ ਨਾ ਤਾਂ ਕੋਈ ਗੱਦਾ ਦਿੱਤਾ ਗਿਆ ਅਤੇ ਨਾ ਹੀ ਕੋਈ ਸਿਰਹਾਣਾ ਦਿੱਤਾ ਗਿਆ। ਜਾਣੀ ਕਿ ਤੁਸੀਂ ਕਹਿ ਸਕਦੇ ਹੋ ਕਿ 2 ਦਿਨ ਅਤੇ ਰਾਤਾਂ ਐਲੀ ਮਾਗਟ ਨੇ ਕਾਫੀ ਬੇਰਾਮੀ ਦੇ ਨਾਲ ਕੱਢੀਆਂ ਹਨ। ਅਤੇ ਦੋਸਤੋ, ਇੱਥੇ ਇੱਕ ਹੋਰ ਵੱਡਾ ਅਪਡੇਟ ਜੋ ਨਿਕਲ ਕੇ ਸਾਹਮਣੇ ਆਇਆ ਕਿ ਰੰਮੀ ਰੰਧਾਵਾ ਦੇ ਬ੍ਰਦਰ ਪ੍ਰਿੰਸ ਰੰਧਾਵਾ ਵੱਲੋਂ ਅਦਾਲਤ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ ਕਿ ਪੁਲਿਸ ਵੱਲੋਂ ਉਹਨਾਂ ਦੇ ਭਰਾ ਰੰਮੀ ਰੰਧਾਵਾ ਨੂੰ ਨਜਾਇਜ਼ ਤੌਰ 'ਤੇ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਹਿਰਾਸਤ ਦੇ ਵਿੱਚ ਰੱਖਿਆ ਗਿਆ, ਜਿਸ ਦੇ ਲਈ ਅਦਾਲਤ ਨੇ ਇੱਕ ਵਾਰੰਟ ਆਫਿਸਰ ਨਿਯੁਕਤ ਕੀਤਾ ਅਤੇ ਜਦੋਂ ਉਸ ਵਾਰੰਟ ਆਫਿਸਰ ਨੇ ਸਾਰੀ ਤਹਿਕੀਕਾਤ ਕੀਤੀ ਤਾਂ ਸਾਹਮਣੇ ਆਇਆ ਕਿ ਪੁਲਿਸ ਨੇ ਜੋ ਵੀ ਕਾਰਵਾਈ ਕੀਤੀ ਹੈ ਸਾਰੀ ਕਾਨੂੰਨ ਦੇ ਦਾਇਰੇ ਦੇ ਵਿੱਚ ਕੀਤੀ ਹੈ। ਅਤੇ ਜਦੋਂ ਵਾਰੰਟ ਅਫਸਰ ਦੁਆਰਾ ਦਿੱਤੀ ਗਈ ਰਿਪੋਰਟ 'ਤੇ ਅਦਾਲਤ ਇਹ ਪਟੀਸ਼ਨ ਖਾਰਜ ਕਰਨ ਵਾਲੀ ਸੀ, ਉਸ ਤੋਂ ਪਹਿਲਾਂ ਹੀ ਰੰਮੀ ਰੰਧਾਵਾ ਦੇ ਵਕੀਲ ਨੇ ਪਟੀਸ਼ਨ ਵਾਪਸ ਲੈ ਲਈ। ਸੋ ਦੋਸਤੋ, ਐਲੀ ਮਾਗਟ ਅਤੇ ਰੰਮੀ ਰੰਧਾਵਾ ਦੇ ਮਾਮਲੇ ਦੇ ਵਿੱਚ ਹੁਣ ਤੱਕ ਦਾ ਅਪਡੇਟ ਇਹੀ ਹੈ। ਜਿਵੇਂ ਇਸ ਬਾਰੇ ਕੋਈ ਹੋਰ ਅਪਡੇਟ ਨਿਕਲ ਕੇ ਸਾਹਮਣੇ ਆਉਂਦਾ ਸਭ ਤੋਂ ਪਹਿਲਾਂ ਤੁਹਾਨੂੰ ਅਨਲਿਮਿਟਡ ਗਿਆਨ 'ਤੇ ਦੇਖਣ ਨੂੰ ਮਿਲੇਗਾ। ਇਸ ਲਈ ਅਨਲਿਮਿਟਡ ਗਿਆਨ ਨੂੰ ਸਬਸਕ੍ਰਾਈਬ ਕਰਕੇ ਨਾਲ ਵਾਲੀ ਨੋਟੀਫਿਕੇਸ਼ਨ ਬੈਲ ਜ਼ਰੂਰ ਔਨ ਕਰ ਲੈਣਾ ਤਾਂ ਕਿ ਸਾਡੀ ਹਰ ਇੱਕ ਨਵੀਂ ਵੀਡੀਓ ਤੁਹਾਡੇ ਤੱਕ ਉਸੇ ਸਮੇਂ ਪਹੁੰਚ ਸਕੇ। ਇਸ ਅਪਡੇਟ ਵਿੱਚ ਇੰਨਾ ਹੀ, ਮਿਲਦੇ ਹਾਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ। ਉਨੇ ਸਮੇਂ ਤੱਕ ਲਈ ਆਪਣੇ ਹੋਸਟ ਅਤੇ ਦੋਸਤ ਕੁਲਵਿੰਦਰ ਸਿੰਘ ਨੂੰ ਦਿਓ ਇਜਾਜ਼ਤ। ਥੈਂਕ ਯੂ, ਧੰਨਵਾਦ, ਟੇਕ ਕੇਅਰ।